ਜੂਰੀ ਵਿੱਚ 20ਵੀਂ ਸਦੀ ਦੇ ਮਹਾਨ ਯੋਧੇ ਦਮਦਮੀ ਟਕਸਾਲ ਦੇ 14ਵੇਂ ਜਥੇਦਾਰ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਮਹਾਂਪੁਰਖਾਂ ਦੇ ਜਨਮ ਨਗਰ ਪਿੰਡ ਰੋਡੇ ਵਿਖੇ ਕਰ ਲਓ ਕੋਈ ਦੂਰ ਦਰੇਡਿਆਂ ਤੋਂ ਜੇ ਕਹਿ ਲਈਏ ਕਿ ਵਿਦੇਸ਼ਾਂ ਤੋਂ ਵੀ ਸੰਗਤਾਂ ਹੁੰਮ ਹੁਮਾ ਕੇ ਪਹੁੰਚੀਆਂ ਹਨ। ਜਿਹੜੇ ਮੁੱਖ ਕਾਰਜ ਲਈ ਤੁਸੀਂ ਦੂਰ ਦਰੇਡਿਆਂ ਤੋਂ ਆਏ ਹੋ ਉਹਦੇ ਸੰਬੰਧ ਵਿੱਚ ਹੀ ਦਾਸ ਨੇ ਬਹੁਤ ਸੀਮਿਤ ਸਮੇਂ ਵਿੱਚ ਆਪ ਜੀ ਨਾਲ ਇੱਕ ਦੋ ਵਿਚਾਰਾਂ ਕਰਨੀਆਂ। ਆਓ ਸਭ ਤੋਂ ਪਹਿਲਾਂ ਸਾਰੀ ਸੰਗਤ ਨੇ ਫਤਿਹ ਬੁਲਾਉਣੀ ਗੱਜ ਕੇ, ਜਿਹੜੇ ਮੂਹਰੇ ਬੈਠੇ ਸਿੰਘ ਉਹ ਤਾਂ ਫਤਿਹ ਬੁਲਾ ਦਿੰਦੇ ਆ। ਪ੍ਰੋਗਰਾਮ ਰੱਖਿਆ ਵਾਰਸ ਪੰਜਾਬ ਦੀ ਜਥੇਬੰਦੀ ਨੇ ਅਤੇ ਫਤਿਹ ਵਾਰਸਾਂ ਵਾਲੀ ਬੁਲਾਉਂਦੇ ਨਹੀਂ ਆਪਾਂ, ਫਤਿਹ ਬੁਲਾਉਂਦੇ ਹਾਂ ਗੁੱਜੀ ਜੀ ਮੂੰਜੇ ਜੀ ਸਾਰੇ ਗੱਜ ਕੇ ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਸੰਗ ਜੀ, ਭਾਈ ਅੰਮ੍ਰਿਤਪਾਲ ਸਿੰਘ ਜਿਨ੍ਹਾਂ ਨੇ ਸੰਕਲਪ ਲਿਆ ਹੈ ਕਿ ਸਿੱਖੀ ਦੀ ਅਮਰ ਸੰਚਾਰ ਦੀ ਸਾਬਤ ਸੂਰਤ ਗੁਰੂ ਕੇ ਸਿੱਖਾਂ ਦੀ ਇੱਕ ਲਹਿਰ ਤੋਰੀ ਜਾਵੇ, ਸੋ ਮੈਂ ਸਮਝਦਾ ਹਾਂ ਕਿ ਇਹ ਬੜੀ ਚੜ੍ਹਦੀ ਕਲਾ ਦਾ ਪ੍ਰੋਗਰਾਮ ਹੈ। ਬਹੁਤ ਸਾਰੇ ਚਿਹਰੇ ਮੈਂ ਦੇਖਦਾ ਹਾਂ ਜਿਹੜੇ ਮੇਰੀ ਉਮਰ ਦੇ ਜਾਂ ਮੇਰੀ ਉਮਰ ਤੋਂ ਵੱਡੇ ਬਜ਼ੁਰਗ ਵੀ ਬੜੀ ਚੜ੍ਹਦੀ ਕਲਾ ਦੇ ਨਾਲ ਦੂਰ ਦਰੇਡਿਆਂ ਤੋਂ ਇਹ ਪ੍ਰੋਗਰਾਮ ਨੂੰ ਸੁਣਨ ਵਾਸਤੇ ਵੇਖਣ ਵਾਸਤੇ ਪਹੁੰਚੇ ਆ। ਸਮੇਂ ਸਮੇਂ ਜਦੋਂ ਸਮੇਂ ਦੀਆਂ ਸਰਕਾਰਾਂ ਨੇ ਜ਼ੁਲਮ ਕੀਤੇ ਤਾਂ ਉਦੋਂ ਖਾਲਸੇ ਦੇ ਵਿੱਚ ਇਹ ਲਹਿਰਾਂ ਉੱਠੀਆਂ ਔਰ ਪ੍ਰਚੰਡ ਹੋਈਆਂ। ਸਤਿਸੰਗ ਜੀ ਤੁਹਾਨੂੰ ਯਾਦ ਹੈ ਕਿ ਆਪਰੇਸ਼ਨ ਬਲੂ ਸਟਾਰ ਤੋਂ ਬਾਅਦ ਪਹਿਲਾਂ ਦੇ ਹਾਲਾਤ ਤਾਂ ਤੁਸੀਂ ਜਾਣਦੇ ਹੋ ਕਿ ਕਿਵੇਂ ਅਮਰ ਸੰਚਾਰ ਦੀ ਇੱਕ ਲਹਿਰ ਚੱਲੀ ਸੀ, ਸਾਬਤ ਸੂਰਤ ਕੇਸਰੀ ਦਸਤਾਰਾਂ ਦੀ ਇੱਕ ਲਹਿਰ ਚੱਲੀ ਸੀ, ਸਕੂਲਾਂ ਕਾਲਜਾਂ ਯੂਨੀਵਰਸਿਟੀਆਂ ਬੱਸਾਂ ਰੇਲ ਗੱਡੀਆਂ 'ਚ ਸਫ਼ਰ ਕਰਨ ਵਾਲਿਆਂ ਬਾਜ਼ਾਰਾਂ 'ਚ ਦੁਕਾਨਾਂ 'ਤੇ ਚਰਚਾ ਹੀ ਇਹ ਸੀ ਕਿ ਖਾਲਸੇ ਦੀ ਚੜ੍ਹਦੀ ਕਲਾ ਹੋਣੀ ਚਾਹੀਦੀ ਆ। ਸਮਾਂ ਬੀਤਿਆ, ਇੱਕ ਦਰਬਾਰ ਸਾਹਿਬ ਦੇ ਹਮਲੇ ਤੋਂ ਬਾਅਦ ਇੱਕ ਬਹੁਤ ਵੱਡਾ ਤਸ਼ੱਦਦ ਦਾ ਸਮਾਂ ਗੁਜ਼ਰਿਆ। ਉਹਨਾਂ ਉਸ ਸਮੇਂ ਨੂੰ ਤੁਸੀਂ ਬਹੁਤ ਸਾਰਿਆਂ ਨੇ ਹੰਢਾਇਆ, ਪਰ ਸਤਿਸੰਗ ਉਦੋਂ ਵੀ 20ਵੀਂ ਸਦੀ ਦੇ ਮਹਾਨ ਯੋਧੇ ਸ਼੍ਰੀਮਾਨ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਮਹਾਂਪੁਰਖਾਂ ਦੇ ਸਤਿਕਾਰਯੋਗ ਪਿਤਾ ਬਾਬਾ ਜੋਗਿੰਦਰ ਸਿੰਘ ਜੀ ਨੇ ਸੰਗਤਾਂ ਦੇ ਸਹਿਯੋਗ ਨਾਲ ਇੱਕ ਬਹੁਤ ਵੱਡੀ ਲਹਿਰ ਚਲਾਈ ਸੀ। ਉਹ ਸਿੰਘ ਵੀ ਅੱਜ ਵੀ ਉਹ ਸੇਵਾ ਨਿਭਾ ਰਹੇ ਨੇ ਜਿਹੜੇ ਉਦੋਂ ਪੰਜਾਂ ਪਿਆਰਿਆਂ ਵਿੱਚ ਸੱਜ ਕੇ ਅੰਮ੍ਰਿਤ ਛਕਾਉਣ ਦੀ ਸੇਵਾ ਕਰਦੇ ਸੀ। ਭਾਵੇਂ ਪੰਜ ਪਿਆਰਿਆਂ ਨੂੰ ਵੀ ਰੋਕਿਆ ਜਾਂਦਾ, ਥਾਣਿਆਂ 'ਚ ਬੰਦ ਕਰ ਦਿੱਤਾ ਜਾਂਦਾ, ਜੇਲ੍ਹਾਂ 'ਚ ਭੇਜ ਦਿੱਤਾ ਜਾਂਦਾ, ਪਰ ਸਮਾਂ ਇਹੋ ਜਿਹਾ ਆ ਗਿਆ ਕਿ ਚਾਰ ਚਾਰ ਪੰਜ ਪੰਜ ਜੱਥੇ ਅੰਮ੍ਰਿਤ ਛਕਾਉਣ ਵਾਸਤੇ ਇੱਥੋਂ ਅਰਦਾਸੇ ਸੋਧ ਕੇ ਚੱਲਦੇ ਸੀ। ਕੋਈ ਫਿਰੋਜ਼ਪੁਰ ਨੂੰ, ਕੋਈ ਬਠਿੰਡੇ ਨੂੰ, ਕੋਈ ਗੁਰਦਾਸਪੁਰ ਨੂੰ, ਬੜੀ ਦੂਰ ਤੱਕ ਸਤਿਸੰਗ ਜੀ ਹਜ਼ਾਰਾਂ ਦੀ ਗਿਣਤੀ 'ਚ ਰੋਜ਼ਾਨਾ ਹੀ ਸਿੰਘ ਅੰਮ੍ਰਿਤ ਛਕਦੇ ਅਤੇ ਚੜ੍ਹਦੀ ਕਲਾ ਦੇ ਸੁਨੇਹ ਮਿਲਦੇ। ਦੇਖੋ, ਇੱਕ ਪਾਸੇ ਸ਼ਹਾਦਤਾਂ ਪੈ ਰਹੀਆਂ ਸੀ, ਇੱਕ ਪਾਸੇ ਜੇਲ੍ਹਾਂ ਭਰੀਆਂ ਹੋਈਆਂ ਸੀ, ਇੱਕ ਪਾਸੇ ਸੀਏ ਸਟਾਫਾਂ ਦੇ ਵਿੱਚ ਤਸ਼ੱਦਦ ਹੋ ਰਿਹਾ ਸੀ, ਪਰ ਜਦੋਂ ਸਿੰਘ ਨੂੰ ਸਿੰਘ ਕੋਈ ਮਿਲਦਾ
ਉਹ ਤਸ਼ੱਦਦ ਦਾ ਮਾਰਿਆ ਕੁੱਟਿਆ ਵੱਡਿਆ ਟੁੱਕਿਆ ਮਿਲਦਾ ਤੇ ਤਾਂ ਵੀ ਉਹ ਪੰਥ ਦੀ ਚੜ੍ਹਦੀ ਕਲਾ ਦੀ ਗੱਲ ਕਰਦੇ ਸੀ। ਸਾਧ ਸੰਗਤ ਜੀ ਸਮਾਂ ਵੀ ਤੁਸੀਂ ਹੰਡਾਇਆ ਹੈ, ਅੱਜ ਫਿਰ ਇੱਕ ਸਮੇਂ ਦੀ ਜ਼ਰੂਰਤ ਸੀ ਜਿਹੜੇ ਕਲਚਰ ਦੇ ਵਿੱਚ ਸਾਡੀ ਨੌਜਵਾਨੀ ਰੁੜਦੀ ਜਾ ਰਹੀ ਸੀ, ਉਹਦੇ ਵਿੱਚ ਭਾਵੇਂ ਬਹੁਤ ਸਾਰੀਆਂ ਸੰਪਰਦਾਵਾਂ ਜਾਂ ਵਿਅਕਤੀਗਤ ਤੌਰ 'ਤੇ ਜੱਥੇ ਵੀ ਉਪਰਾਲੇ ਕਰ ਰਹੇ ਨੇ, ਪਰ ਵਿਸ਼ੇਸ਼ ਤੌਰ 'ਤੇ ਭਾਈ ਅੰਮ੍ਰਿਤਪਾਲ ਸਿੰਘ ਨੇ ਵਿਦੇਸ਼ ਤੋਂ ਆ ਕੇ ਇਹ ਬੀੜਾ ਚੁੱਕਿਆ ਕਿ ਅਸੀਂ ਇਸ ਲਹਿਰ ਨੂੰ ਪ੍ਰਚੰਡ ਕਰਨਾ। ਤੁਸੀਂ ਦੇਖਿਆ ਵਗੈਰਾ ਪਿਛਲੀ 25 ਤਰੀਕ ਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ 'ਤੇ ਮੱਥਾ ਟੇਕਣ ਵਾਸਤੇ ਗਏ, ਅੰਮ੍ਰਿਤ ਛਕਣ ਵਾਸਤੇ ਗਏ ਤਾਂ ਸੈਂਕੜਿਆਂ ਦੀ ਗਿਣਤੀ 'ਚ ਸਿੰਘਾਂ ਨੇ ਅੰਮ੍ਰਿਤ ਛਕਿਆ। ਉਹ ਬਹੁਤ ਸਾਰਾ ਮੀਡੀਆ 'ਤੇ ਵਾਇਰਲ ਹੋਇਆ ਕਿ ਇੰਨੀਆਂ ਸੰਗਤਾਂ ਨੇ ਅੰਮ੍ਰਿਤ ਛਕਿਆ, ਜਿਹਦੇ ਕਾਰਨ ਫਿਰ ਇੱਥੇ ਪੁੱਛਣ ਲੱਗੇ ਵੀ ਇੱਥੇ ਵੀ ਅੰਮ੍ਰਿਤ ਸੰਚਾਰ ਹੋਊ, ਜਿੱਥੇ ਅੱਜ ਦਾ ਵਾਰਸ ਪੰਜਾਬ ਦੇ ਜਥੇਬੰਦੀ ਵੱਲੋਂ ਜਿਹੜਾ ਪ੍ਰੋਗਰਾਮ ਮਨਾਇਆ ਜਾ ਰਿਹਾ ਹੈ ਅੱਜ ਵੀ ਅੰਮ੍ਰਿਤ ਸੰਚਾਰ ਹੋਵੇਗਾ। ਸਾਧ ਸਿੰਘ ਜੀ ਭਾਈ ਅੰਮ੍ਰਿਤਪਾਲ ਤੁਹਾਡੇ ਉਹਨੇ ਦੱਸਿਆ ਕਿ ਇਹ ਅੰਮ੍ਰਿਤ ਸੰਚਾਰ ਕੱਲ੍ਹ ਨੂੰ ਹੋਵੇਗਾ, 30 ਤਰੀਕ ਨੂੰ ਗੁਰਦੁਆਰਾ ਸੰਤ ਖਾਲਸਾ ਵਿਖੇ ਅੰਮ੍ਰਿਤ ਸੰਚਾਰ ਕੱਲ੍ਹ ਨੂੰ ਹੋਵੇਗਾ। ਜਿਨ੍ਹਾਂ ਨੇ ਅੰਮ੍ਰਿਤ ਛਕਣਾ ਤਿਆਰ ਬਿਰ ਤਿਆਰ ਹੋ ਕੇ। ਸਾਧ ਸਿੰਘ ਜੀ ਆਪਾਂ ਸਿਰਫ ਜਜ਼ਬਾਤੀ ਹੋ ਕੇ ਨਹੀਂ, ਅੰਮ੍ਰਿਤ ਦੀਆਂ ਰਹਿਤਾਂ ਨੂੰ ਅਪਣਾਉਣਾ ਹੈ, ਨਿਭਾਉਣਾ ਹੈ, ਰੱਖਣਾ ਹੈ। ਉਹ ਚੜ੍ਹਦੀ ਕਲਾ ਦੇ ਵਿੱਚ ਫਿਰ ਕਾਰਜ ਨਿਭਦੇ ਆ ਜਦੋਂ ਆਪਾਂ ਦ੍ਰਿੜਤਾ ਦੇ ਨਾਲ ਅੰਮ੍ਰਿਤ ਛਕਦੇ ਹਾਂ। ਜੋ ਪੰਜ ਪਿਆਰੇ ਸੰਦੇਸ਼ ਦਿੰਦੇ ਨੇ ਉਹਨੂੰ ਧਿਆਨ ਨਾਲ ਸੁਣੋ ਔਰ ਉਹਨੂੰ ਅਪਣਾਓ। ਮੈਂ ਆਪ ਜੀ ਦਾ ਜ਼ਿਆਦਾ ਸਮਾਂ ਨਹੀਂ ਲੈਣਾ। ਜਿਹੜੀ ਅੱਜ ਭਾਈ ਅੰਮ੍ਰਿਤਪਾਲ ਸਿੰਘ ਨੂੰ ਦਸਤਾਰ ਸਜਾਈ ਜਾਣੀ ਹੈ, ਕਿਸੇ ਕਿਸਮ ਦਾ ਕਿਸੇ ਨੂੰ ਭੁਲੇਖਾ ਨਹੀਂ ਰਹਿਣਾ ਚਾਹੀਦਾ। ਇਹ ਦਸਤਾਰ ਪੰਜਾਬ ਦੇ ਵਾਰਸ ਜਥੇਬੰਦੀ ਦੀ ਹੈ, ਜਥੇਬੰਦੀ ਵੱਲੋਂ ਸਜਾਈ ਜਾਣੀ ਆ, ਕਿਉਂਕਿ ਇਹ ਵਿਦੇਸ਼ ਵਿੱਚ ਸਨ ਅਤੇ ਅੰਮ੍ਰਿਤ ਛੱਕ ਕੇ ਤਿਆਰ ਬਰ ਤਿਆਰ ਹੋ ਕੇ ਇਹਨਾਂ ਨੇ ਜਥੇਬੰਦੀ ਦੀ ਸੇਵਾ ਸੰਭਾਲੀ ਆ। ਸੋ ਇਸ ਕਰਕੇ ਭਾਵੇਂ ਬਹੁਤ ਸਾਰੀਆਂ ਸੰਪਰਦਾਵਾਂ, ਪੰਚਾਇਤਾਂ, ਨਗਰ ਕੌਂਸਲਾਂ, ਵਿਦੇਸ਼ਾਂ ਦੀਆਂ ਸੰਗਤਾਂ, ਸਭਾ ਸਜੜੀਆਂ, ਸਿੰਘ ਸਭਾਵਾਂ ਨੇ ਬਹੁਤ ਸਾਰੀਆਂ ਦਸਤਾਰਾਂ ਭੇਜੀਆਂ, ਪਰ ਇਹ ਦਸਤਾਰਬੰਦੀ ਕੇਵਲ ਜਥੇਬੰਦੀ ਵੱਲੋਂ ਹੈ, ਵਾਰਸ ਪੰਜਾਬ ਦੀ ਜਥੇਬੰਦੀ ਦੇ ਪ੍ਰਧਾਨ ਨਿਯੁਕਤ ਕਰਨ ਦੀ ਦਸਤਾਰਬੰਦੀ ਆ। ਸੋ ਇਸ ਕਰਕੇ ਮੈਂ ਆਪ ਜੀ ਦਾ ਬਹੁਤਾ ਸਮਾਂ ਨਾ ਲਵਾਂ। ਕੌਮ ਪਹਿਲਾਂ ਹੀ ਬਹੁਤ ਸਾਰੇ ਬੜਾ ਮਹਿੰਗਾਂ 'ਚ ਪਈ ਹੋਈ ਆ, ਆਹ ਗੜਰਾਹ 'ਤੇ ਪਈ ਹੋਈ ਹੈ, ਝਵੇਲਿਆਂ 'ਚ ਫਸੇ ਹੋਏ ਆ, ਬਹੁਤ ਸਾਰਾ ਈਰਖਾ ਦਾ ਮਾਹੌਲ ਚੱਲ ਰਿਹਾ, ਦੂਸ਼ਣਬਾਜ਼ੀ ਦਾ ਚੱਲ ਰਿਹਾ। ਇਹਦੇ 'ਚੋਂ ਨਿਕਲੀਏ ਥੋੜ੍ਹਾ ਜਿਹਾ ਬਾਹਰ। ਜੇ ਕੋਈ ਸਾਡਾ ਭਰਾ ਚੜ੍ਹਦੀ ਕਲਾ ਦਾ ਕਾਰਜ ਕਰਨ ਲਈ ਤੁਰਿਆ ਹੈ ਤਾਂ ਉਹਦਾ ਸਹਿਯੋਗ ਦੇਈਏ, ਵੱਧ ਤੋਂ ਵੱਧ ਸਹਿਯੋਗ ਦੇਈਏ। ਅਤੇ ਛੋਟੀਆਂ ਛੋਟੀਆਂ ਗੱਲਾਂ, ਜੇ ਕੋਈ ਪੰਥ ਦੇ ਬਹੁਤ ਸਾਰੇ ਵਿਦਵਾਨ ਹੈ ਜਿਹੜੇ ਵੱਡੀਆਂ ਵੱਡੀਆਂ ਸਟੇਜਾਂ 'ਤੇ ਕਥਾ ਕਰਦੇ ਆ, ਪ੍ਰਚਾਰ ਕਰਦੇ ਆ, ਵਿਦੇਸ਼ਾਂ ਵਿੱਚ ਕਰਦੇ ਆ, ਜੇ ਸੁਭਾਵਕ ਹੀ ਗੱਲ ਹੁੰਦੀ ਹੈ ਤਾਂ ਭੜਕਿਆ ਨਾ ਕਰੋ। ਅਸੀਂ ਕੌਮ ਨੂੰ ਸੁਨੇਹਾ ਕੀ ਦੇਣਾ ਚਾਹੁੰਦੇ ਹਾਂ? ਦਰਵੇਸ਼ਾਂ ਨੂੰ ਲੋੜੀ ਹੈ ਰੁੱਖਾਂ ਦੀ ਜੀਰਾਂਦ, ਰੁੱਖਾਂ ਵਰਗਾ ਜੇਰਾ ਚਾਹੀਦਾ ਸਾਨੂੰ। ਬਹੁਤ ਸਾਰੇ ਮੇਰੇ ਵਿਦਵਾਨ ਵੀਰ ਇੱਥੇ ਵੀ ਬੈਠੇ ਨੇ, ਜੇ ਕੋਈ ਗੱਲ ਇੱਧਰ ਉੱਧਰ ਝਲਕ ਪੈਂਦੀ ਆ ਕਿ ਇਹ ਇਸ ਰਾਹ ਦੇ ਵਿੱਚ ਰੁਕਾਵਟ ਬਣ ਸਕਦੀ ਆ ਤਾਂ ਉਸ ਗੱਲ ਨੂੰ ਸੰਭਾਲੋ, ਉਹਨੂੰ ਉਛਾਲੋ ਨਾ। ਜੇ ਸਾਡੀ ਆਪਣੀ ਈਰਖਾ ਕਿਤੇ, ਉਹ ਈਰਖਾ ਸੋਸ਼ਲ ਮੀਡੀਆ 'ਤੇ ਇਹਦੇ ਰਾਹੀਂ ਨਾ ਕੱਢੋ ਕਿ ਅਸੀਂ ਭਾਈ ਅੰਮ੍ਰਿਤਪਾਲ ਸਿੰਘ ਨਾਲ ਹੈ ਅਤੇ ਫਲਾਨਾ ਨਹੀਂ ਹੈ। ਨਹੀਂ ਭਾਈ, ਇਹ ਤਾਂ ਹਾਲੇ ਤਾਂ ਆਪਾਂ ਇਸ ਪੰਧ 'ਤੇ ਤੁਰੇ ਹਾਂ, ਇਹ ਬੜਾ ਵਿਖੜਾ ਪੈਂਦਾ ਹੈ, ਇਹ ਪਸ਼ਮੀਨੇ ਦੀਆਂ ਸੇਜਾਂ ਨਹੀਂ, ਇਹ ਕੰਡਿਆਂ ਦੀ ਸੇਜ ਆ ਜਿਹਦੇ 'ਤੇ, ਇਹ ਵਿਖੜੇ ਰਾਹ ਹੈ ਜਿਹਦੇ 'ਤੇ ਸਾਨੂੰ ਤੁਰਨਾ ਪੈਣਾ। ਬਹੁਤ ਤਹੱਮਲ ਦੀ, ਜੇਰੇ ਦੀ ਲੋੜ ਹੈ। ਉਹ ਭਾਈ ਅੰਮ੍ਰਿਤਪਾਲ ਸਿੰਘ ਦੇ ਚੰਗੇ, ਸਿਆਣੇ, ਸੁਲਝੇ, ਸੂਝਵਾਨ
मित्र समझे जाएंगे जो इस लहर दे विच इस लहर नूं एकत्र करन वास्ते इस लहर नूं अगे तोरन वास्ते मोढ़ा देंगे जिहड़े दिन रात करके नाल चलन की कोशिश करनगे। मैं एक छोटी जी बेनती करा कि पिछले दिनी भाई बंता सिंह ने एक लफ्ज कहता कि संत बनन वास्ते संत जरनैल सिंह वांगू चौंकड़े लाने पैने आ। साढ़े वीर बहुते भड़क गए, नहीं भाई कोई गल नहीं, ये गल्लां सधारण ने, इहदे ते ना जाओ। आपां अपने वल तां अपने दुश्मन बथेरे आ, बहुत दुश्मन ने अपने जिन्हां ने साढ़े राह दीआं रुकावटां बनियां। आपां अपने आप रुकावट ना बनो, आपां तां रुकावटां दूर करके भाई अमृतपाल सिंह वास्ते राह पद्धरा करन दी कोशिश करो। भविख की कहिंदा, सतगुरु ने की तो सेवा लैनी है, इहनूं कोई रोक सकदा? कोई नहीं रोक सकदा। सतगुरु पातशाह जी ने किन्नी सेवा कितों लै लैनी है। आपां समें देखे आ, संगतां दे हर थां थां ते आए ते जो अगवाई करन वाले वीर किते ना किते खिस गए, थिड़क गए, ते आपां पछां भज जाणा वी हर कोई ऐं करूगा? नहीं भाई, आपां डटो, साथ दिओ ते सतगुरु दे चरणां च अरदासां बेनतियां जोदड़ियां भी करो कि असीं चढ़दी कला दे नाल ये सेवा दे विच भाईवाल बनना है। ते जद नूं सानूं जो सेवा लगेगी वो असी सेवा निभाउण दा यतन करना है तां इह च सफलता मिलेगी। मेरे छोटे वीर भाई अमृतपाल सिंह नूं भी बेनती है कि बहुते इकट्ठ देख के दो चार दिन की नौजवानों की बल्ले बल्ले देख के अपना राह नहीं छड़ना, अपना राह वेखते रहना, जमीन ते पैर ला के चलना है, क्योंकि सफलता तो गुरु साहब ने बख्शनी है। आ इन संगत अरदासा ही करने वास्ते आई हैं तो सतगुरु जी जरूर अरदास सुन गए कि एक प्रचंड लहर चले, जिधर भी नौजवान जान सानू नीलियां केसरी दस्तारा दिसन, उपर दी गात्रे पाए सानू दिसन, अमरधारी खालसा दिसे। सतसंग जी यही एक बहुत वड्डी सेवा, ये भी एक बहुत वड्डी सेवा। सो इस करके दास इंटरनेशनल पंथक दल वालों समूह महापुरखों का परिवार, सत्कारयोग बाबा जोगिंदर सिंह जी का परिवार, शुरू तो ही जदों तो भाई अमृतपाल सिंह इत्थे रोडे पिंड च आए, साढ़े चाचा जी ने सरपंच साहब भाई हरजीत सिंह सब तो पहला उन्होंने सरोपा दिता कि आ भाई जी आया नूं जिहड़ा भी गुरु का खालसा अमृत संचार की लहर वाल तुरेगा तो असी तो उहदे कदम चुमांगे। जी आया नूं तकड़े हो गए लहर चलाओ, होर भी कोई साडा वीर चलाउंदा है तां उहदा भी धन्नवाद, कोई विरोध नहीं कि इह पैरलर खड़ा हो गया, इह उहदे मुकाबले च खड़ा हो गया, इह कोई गल नहीं है। जिहड़ा भी चलता है साध संगत जी बड़ा खुला वेड़ा पंथ का, जिन्नी आपां सेवा कर लईए उन्नी ही थोड़ी है। सतगुरु रहमत करे सानू सारिआं नूं एकता इतफाक सबक के चलन की मार सच्चे पातशाह जी समर्था देन, भुल्लां चुक्कां की खिमा बख्शिश करनी। अज फिर मैं अपना फर्ज समझदा होया जो गुरद्वारा संत खालसा विखे ये प्रोग्राम लिखिया गया और पिंड के स्टेडियम विखे एडा वड्डा इकट्ठ होया, जो भी संगत आई हैं किसी किस्म की सेवा में कोई कमी रह गई हो, लंगर विच जल विच सतसंग जी किसी भी किस्म की संगतां दे इत्थे आउण एडा वड्डा इकट्ठ, तो सुभाविक है इत्थे पहुंचण तक भी मुश्किल आईआं। सो सारे प्रबंधां लई भी दास खिमां दा जाचक है, जिहड़े मेरे वीर थां बरथा प्रबंधां विच लगे हुए ने उहनां च बहुत सारे नौजवान वारस पंजाब दे जथेबंदी दे भी सिंघ ने, मैं सब दे तहि दिलों तनका धन्नवाद करदा। नगर दीआं पंजे पंचायतां सरपंच साहिबान मैंबर साहिबान आ सारे स्टेडियम दे विच कराहे मारने वड्डी पद्धर ते सारी सेवा कीती, पंजे पंचायतां दा दास तहि दिलों धन्नवाद करदा जिन्होंने इस प्रोग्राम नूं अपना समझ के अपनाया ते हले तक थां थां सेवा दे विच लंगर वरताउण च भांडे मांजण च साध संगत जी सारियां पंचायतां लगदियां होईआं है। बहुत बहुत धन्नवाद। अमृत संचार कल नूं होणा है, ये दुबारा फिर बेनती है जिन्होंने अमृत छकन की तैयारी की, अमृत छको, गुरु वाले बनो, ताकि जिथे भी मैं भी बेनती करा भाई साहब
जिथे भी कॉन्फ्रेंस करो अमृत संचार जरूर रखो। पता नहीं खालसा कित्थे वध गिनती सज जाए, कित्थे हौसला आ जाए, कित्थे मन में उत्साह पैदा हो जाए। जिथे भी प्रोग्राम रखो अमृत संचार रखो, सतगुरु जी कृपा करनगे, भुल्लां चुक्कां की खिमा बख्शो, गज के फतेह बुलाओ। वाहेगुरु जी का खालसा, वाहेगुरु जी की फतेह।